ਦੀਏ ਮਾ ਦੁਨੀਆਂ ਵਾਲਿਓ ਬੱਚਿਆਂ ਦਾ ਦੁੱਖ ਮਾ ਹੈ ਸੈਂਦੀ ਗਿੱਲੀ ਥਾਤੇ ਆਪ ਹੈ ਪੈਂਦੀ ਜਦੋਂ ਦਾ ਪਿਆਰ ਮੈਨੂੰ ਉਹਦੇ ਨਾਲ ਹੋਇਆ ਮੇਰਾ ਤਨ ਮਨ ਸੁਖਾਂ ਨਾਲ ਭਰਿਆ ਮਾਹੀ ਦੀਆਂ ਚੋੜੇ ਅੱਖੀਆਂ ਦਿਲ ਕੱਢਿਆਂ ਖੜਾਕ ਵੀ ਨਾ ਕਰਿਆ ਮਾਹੀ ਦੀਆਂ ਚੋੜੇ ਅੱਖੀਆਂ ਹੋ ਜਿਹੜੀ ਨੱਚਦੀ ਗਿੱਦੇ ਚ ਬੜ ਜੱੱਚ ਦੀ ਗਿੱਦੇ ਚ ਦਿਲ ਉਹਦੇ ਉੱਤੇ ਆਇਆ ਜ਼ਰਾ ਉਸ ਨੂੰ ਬੁਲਾਉ ਮੈਂ ਹੋ ਗਿਆ ਸ਼ਰਾਬੀ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪੜਾਉ ਮੈਂ ਹੋ ਗਿਆ ਸ਼ਰਾਬੀ ਉਹ ਜੇ ਦਿਲ ਨੂੰ ਚੰਗਾ ਲੱਗੇ ਜਾਨ ਵੀ ਵਾਰ ਦਿਨਿਆਂ ਯਾਰ ਨੇ ਡੁੱਬਣ ਦਿੱਤਾ ਬੇੜੀ ਤਾਰ ਦਿਨਿਆਂ ਯਾਰ ਨੇ ਡੁੱਬਣ ਦਿੱਤਾ ਬੇੜੀ ਤਾਰ ਦਿਨਿਆਂ ਸਿਰਾਂ ਦੇ ਨਾਲ ਨਿਭਾਈਏ ਹਾਏ ਸਿਰਾਂ ਦੇ ਨਾਲ ਨਿਭਾਈਏ ਮਤਲਬੀ ਪਿਆਰ ਨਹੀਂ ਰੱਖੀਦੇ ਚੁਗਲਖੋਰ ਤੇ ਝੂਠ ਬੋਲਣ ਯਾਰ ਨਹੀਂ ਰੱਖੀਦੇ ਓਏ ਹੋਏ ਆ ਆ ਓਏ ਹੋਏ ਆਹਾ ਆਹਾ ਝੂਠ ਨਾ ਤੂੰ ਜਾਣੀ ਗੱਲ ਸੱਚੀ ਤੈਨੂੰ ਦੱਸਾਂ ਝੂਠ ਨਾ ਤੂੰ ਜਾਣੀ ਗੱਲ ਸੱਚੀ ਤੈਨੂੰ ਦੱਸਾਂ ਤੇਰਾ ਦਿਲ ਸਾਡੇ ਦਿਲ ਨੂੰ ਤਾਂ ਮਿਲ ਗਿਆ ਨਹੀਂ ਗੋਰਾ-ਗੋਰਾ ਰੰਗ ਲੱਕ ਪਤਲਾ ਪਤੰਗ ਤੇਰੇ ਨਖਰੇ ਦਾ ਜਾਦੂ ਜਿਹਾ ਚੱਲ ਗਿਆ ਨਹੀਂ ਪੰਜਾਬ ਲਾਈਵ ਦੇਖ ਰਹਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਿੱਧੂ ਸਿੱਧਮਾ ਵਾਲੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਅਕਸਰ ਅਸੀਂ ਕਰਦੇ ਰਹਿੰਦੇ ਹਾਂ ਪੰਜਾਬ ਲਾਈਵ ਟੀਵੀ ਤੇ ਤੇ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਦਿਲ ਦੀਆਂ ਗੱਲਾਂ ਦੇ ਵਿੱਚ ਬਹੁਤ ਮਾਨਮੱਤੀ ਆਵਾਜ਼ ਜਿਨ੍ਹਾਂ ਨੂੰ ਮੈਂ ਤੁਹਾਡੇ ਰੂਪ ਰੂਪ ਕਰਨ ਜਾੜਿਆ ਮੇਰਾ ਇਹ ਤੁਹਾਡੇ ਨਾਲ ਵਾਅਦਾ ਆ ਕਿਉਂਕਿ ਤੁਸੀਂ ਉਸ ਸ਼ਖਸੀਅਤ ਦੇ ਗੀਤ ਤੇ ਨੱਚੇ ਜਰੂਰ ਹੋਮੇ ਹੋਗੇ ਉਦੇ ਬਹੁਤ ਸਾਰੇ ਗੀਤ ਜਿਨ੍ਹਾਂ ਗੀਤਾਂ ਨੂੰ ਤੁਸੀਂ ਬੜੀ ਮੁਹੱਬਤ ਦਿੱਤੀ ਆ ਜਿਨ੍ਹਾਂ ਗੀਤਾਂ ਨੂੰ ਤੁਸੀਂ ਦਿਲ ਦੇ ਵਿੱਚ ਥਾਂ ਦਿੱਤੀ ਆ ਤੇ ਕਦੇ ਗੱਲ ਕਰਦਾ ਆ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਲਾਓ ਅੱਜ ਫਿਰ ਕਿੱਥੇ ਚੱਲੀ ਐ ਮੋਰ ਨਹੀਂ ਬਣ ਕੇ ਮੋਰ ਨਹੀਂ ਬਣ ਕੇ ਆਓ ਉਸ ਮਨਮਤੀ ਆਵਾਜ਼ ਦੇ ਨਾਲ ਦਿਲ ਦੀਆਂ ਗੱਲਾਂ ਕਰਦੇ ਆ ਪੰਜਾਬ ਲਾਈਵ ਟੀਵੀ ਦੇ ਅਸ਼ੋਕ ਗਿੱਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਪੰਜਾਬ ਲਾਈਵ ਟੀਵੀ ਤੇ ਪੰਜਾਬ ਲਾਈਵ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਥੈਂਕਸ ਹੈ ਜੀ ਪੰਜਾਬ ਲਾਈਵ ਟੀਵੀ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਰੂਬਰੂ ਕੀਤਾ ਜੀ ਸ਼ੋਕ ਵੀਰੇ ਅਸੀਂ ਅਕਸਰ ਹੀ ਦਿਲ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਆਪਣੇ ਸਰੋਤਿਆਂ ਦੇ ਨਾਲ ਇਸ ਲੜੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਗੀਤਕਾਰਾਂ ਨੇ ਆਪਣੀ ਜਿਹੜੀ ਆ ਦਿਲ ਦੀਆਂ ਗੱਲਾਂ ਕੀਤੀਆਂ ਆ ਤੇ ਅੱਜ ਸਾਡੀ ਟੀਮ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਦੀ ਆ ਤੇ ਮੈਂ ਦਿਲ ਦੀਆਂ ਗੱਲਾਂ ਦੀ ਜਿਹੜੀ ਸ਼ੁਰੂਆਤ ਆ ਕਿਉਂਕਿ ਅਸ਼ੋਕ ਗੱਲ ਇੱਕ ਜਿਹੜਾ ਨਾਂ ਆ ਉਹ ਕਿਸੇ ਵੀ ਜਾਣ ਪਹਿਤਾਨ ਦਾ ਮੁਹਤਾਜ ਨਹੀਂ ਹੈਗਾ ਅਸ਼ੋਕ ਤੋਂ ਅਸ਼ੋਕ ਗੱਲ ਦਾ ਜਿਹੜਾ ਸਫ਼ਰ ਹੈ ਉਹਦੀ ਫੇ ਸ਼ੁਰੂਆਤ ਕਿੱਦਾਂ ਹੋਈ ਜੀ ਐ ਸ਼ੁਰੂਆਤ ਜੀ ਬਚਪਨ ਤੋਂ ਹੀ ਹੋਈ ਆ ਜੀ ਅ ਛੋਟੇ ਹੁੰਦੇ ਸੀਗੇ ਤੇ ਘਰ 'ਚ ਮੇਰੇ ਦਾਦਾ ਜੀ ਜਿਹੜੇ ਉਹ ਆਪਣੇ ਸਮੇਂ ਦੇ ਬਹੁਤ ਵਧੀਆ ਕਵੀਸ਼ਰ ਸਿਗੇ ਜੀ ਤੇ ਛੋਟੇ ਹੁੰਦੇ ਆ ਫਿਰ ਜਦੋਂ ਉਹਨਾਂ ਨੇ ਰਿਆਜ਼ ਕਰਨਾ ਤੇ ਉਹਨਾਂ ਵੱਲ ਦੇਖ-ਦੇਖ ਕੇ ਥੋੜਾ ਜਿਹਾ ਹੋਣਾ ਵੀ ਅਸੀਂ ਵੀ ਕਾਈਏ ਜੀ ਤੇ ਫਿਰ ਉਹਨਾਂ ਵੱਲ ਦੇਖ-ਦੇਖ ਕੇ ਫਿਰ ਜਦੋਂ ਫਸਤ ਤੋਂ ਪੰਜਵੀਂ ਤੱਕ ਆਏ ਆ ਤੇ ਪੰਜਵੀਂ ਦੇ ਵਿੱਚ ਜਾ ਕੇ ਥੋੜੀ ਜਦੋਂ ਸੂਰਤ ਸੰਭਲੀ ਤੇ ਫਿਰ ਥੋੜਾ-ਥੋੜਾ ਗਾਉਣਾ ਸ਼ੁਰੂ ਕੀਤਾ ਜੀ ਤੇ ਉੱਥੇ ਹੀ ਬਸ ਛੇੜਕ ਲੱਗੀ ਸੀ ਪੰਜਵੀਂ ਦਾ ਇਹ ਪਰਿਵਾਰ ਦੇ ਵਿੱਚੋਂ ਹੀ ਕਹਿ ਸਕਦਾ ਗੁਰਤੀ ਦੇ ਵਿੱਚ ਹੀ ਸੰਗੀਤ ਮਿਲਿਆ ਗੁਰਤੀ ਸਮਝੋ ਕਿ ਹਾਂਜੀ ਗੁਰਤੀ ਦੇ ਸੰਗੀਤ ਮਿਲਿਆ ਜੀ ਇਹ ਦਾਦਾ ਜੀ ਕਵੀਸ਼ਰੀ ਕਰਦੇ ਸੀ ਹਾਂਜੀ ਉਹ ਕਵੀਸ਼ਰੀ ਕਰਦੇ ਸੀ ਜੀ ਇਹ ਕੀ ਉਹਨਾਂ ਦੇ ਜਥੇ ਦਾ ਕੀ ਨਾਮ ਸੀਗਾ ਉਹਨਾਂ ਦਾ ਸੀਗਾ ਜੀ ਗਿਆਨੀ ਉਦਮ ਸਿੰਘ ਜੀ ਉਹਨਾਂ ਦਾ ਜਥਾ ਆਪਣਾ ਸੀਗਾ ਜੀ ਹਾਂ ਗਿਆਨੀ ਉਦਮ ਸਿੰਘ ਜੀ ਵਾਕਿਆ ਜੀ ਗੁਰਤੀ ਜਿਹੜੀ ਆ ਉਹ ਪਰਿਵਾਰ ਚੋਂ ਹੀ ਮਿਲੀ ਹੈ ਸੰਗੀਤ ਦੀ ਤੇ ਅਸ਼ੋਕ ਗੈਲ ਨੂੰ ਫੇ ਕਿੰਨਾ ਕੁ ਸੰਘਰਸ਼ ਕਰਨਾ ਪਿਆ ਆਪਣੀ ਲਾਈਫ ਦੇ ਵਿੱਚ ਕਿਉਂਕਿ ਅੱਗੇ ਆਉਣ ਲਈ ਕਿਉਂਕਿ 뮤직 ਇੰਡਸਟਰੀ ਬਹੁਤ ਵੱਡੀ ਆ ਰੋਜ਼ ਕੁਝ ਨੋ ਕੁਝ ਨਵਾਂ ਮਾਰਕੀਟ ਦੇ ਵਿੱਚ ਆਉਂਦਾ ਇੰਡਸਟਰੀ ਦੇ ਵਿੱਚ ਨਵਾਂ ਆਉਂਦਾ ਆ ਤੇ ਕਿਉਂਕਿ ਅਸ਼ੋਕ ਗੱਲ ਜਿਹੜਾ ਇੱਕ ਬਹੁਤ ਵੱਡਾ ਨਾਂ ਆ ਤੁਹਾਡੇ ਬਹੁਤ ਵੱਡੇ ਵੱਡੇ ਗੀਤ ਆ ਤੇ ਇਹ ਸੰਘਰਸ਼ ਵੀ ਕਿੰਨਾ ਕੁ ਕਰਨਾ ਪਿਆ ਲਾਈਫ ਦੇ ਵਿੱਚ ਸਿੱਧੂ ਬਾਜੀ ਸੰਘਰਸ਼ ਤਾਂ ਕਰਨੇ ਪਊਗਾ ਹਨਾ ਕਾਮਯਾਬੀ ਹਾਸਲ ਕਰਨ ਲਈ ਸੰਘਰਸ਼ ਤਾਂ ਮੇਨ ਚੀਜ਼ ਹੈ ਕਰਨੇ ਪਊਗਾ ਜੀ ਤੇ ਫਿਰ ਸਕੂਲ ਤੋਂ ਕਾਲਜ ਯੂਨੀਵਰਸਿਟੀ ਤੱਕ ਹੁਣ ਤੱਕ ਜਿੰਨੇ ਵੀ ਕੰਪੀਟੀਸ਼ਨ ਮੈਂ ਲੜੇ ਨੇ ਜੀ ਤੇ ਸੁਣ ਕੇ ਤੁਹਾਨੂੰ ਹੈਰਾਨੀ ਹੋਊਗੀ ਜੀ ਤੇ ਉਹ ਸਾਰੇ ਜਿੰਨੇ ਕੰਪੀਟੀਸ਼ਨ ਮੈਂ ਹੁਣ ਤੱਕ ਲੜੇ ਨੇ ਜੀ ਤੇ ਉਹ ਸਾਰਿਆਂ ਦੇ ਵਿੱਚ ਹੀ ਮੈਂ ਮੇਰੀ ਫਰਸਟ ਪੋਜੀਸ਼ਨ ਹੈ ਜੀ ਕਿਆ ਹੀ ਬਾਤ ਕਿਸੇ ਚ ਸੈਕੰਡ ਨਹੀਂ ਜੀ ਕਿਆ ਹੀ ਬਾਤ ਹੈ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਜੀ ਹੱਲਾਸ਼ੇਰੀ ਮਿਲਦੀ ਗਈ ਸੀ ਤੇ ਨੈਸ਼ਨਲ ਕਾਲਜ ਨੂੰ ਉਧਰ ਜਦੋਂ ਮੈਂ ਆਇਆ ਜੀ ਤੇ ਉਸ ਤੋਂ ਬਾਅਦ ਫਿਰ ਫਰੈਂਡ ਸਰਕਲ ਸਿਗੇ ਤੇ ਉਹਨਾਂ ਨੇ ਕਿਹਾ ਕਿ ਆਵਾਜ਼ ਚੰਗੀ ਹੈ ਤੇ ਇੱਕ ਟੇਪ ਰਿਕਾਰਡ ਕਰਦੇ ਆਂ ਜੀ 92 ਦੀ ਗੱਲ ਹੈ ਜੀ ਉਹ 92 ਦੇ ਵਿੱਚ ਹਾਂ ਜੀ ਤੇ ਪੜਦੇ ਸੀਗੇ ਉਦੋਂ ਜੀ ਹਾਂ ਜੀ ਤੇ ਬਿੰਦਰ ਨਵੇਂ ਪਿੰਡਿਆ ਹਰਜਿੰਦਰ ਮੱਲੀ ਕਲਾਸਮੇਟ ਸਕੇ ਸਾਰੇ ਓਕੇ ਤੇ ਅਸੀਂ ਸਲਾਹ ਬਣਾਏ ਵੀ ਚਲੋ ਮਿਊਜ਼ਿਕ ਕਰ ਦਿਆਂ ਸੀ ਕੁਲਜੀਤ ਭਾਜੀ ਨਵੇਂ ਆਏ ਸੀ ਉਦੋਂ ਹਾਂਜੀ ਤੇ ਉਹਨਾਂ ਨਾਲ ਅਸੀਂ ਟੇਪ ਕੀਤੀ ਸੀ ਪਹਿਲੀ 92 ਚ ਓਕੇ ਹਾਂਜੀ ਤੇ ਉਹਦਾ ਜਿਹੜਾ ਰਿਜ਼ਲਟ ਸੀਗਾ ਉਦੋਂ ਸੈਡ Song ਗੀਤਾਂ ਦਾ ਦੌਰ ਚੱਲਦਾ ਸੀਗਾ ਜੀ ਤੇ ਰਿਜ਼ਲਟ ਮਿਊਜ਼ਿਕ ਵੀ ਬਹੁਤ ਵਧੀਆ ਬਣਾਇਆ ਸੀ ਉਹਨਾਂ ਟਾਈਮਸ ਭਾਜੀ ਨੇ ਤੇ ਫਿਰ ਉਹ ਜਦੋਂ ਟੇਪ ਆਈ ਸੀ ਮਾਰਕੀਟਸ ਤੇ ਬਹੁਤ ਵਧੀਆ ਰਿਸਪੌਂਸ ਸੀਗਾ ਤੇ ਉਸ ਤੋਂ ਬਾਅਦ ਫਿਰ ਪ੍ਰੋਫੈਸ਼ਨਲੀ ਪੱਕੇ ਤੌਰ ਤੇ ਅਸੀਂ ਜਿਹੜਾ ਇਹ ਲਾਈਨ ਚੁਣ ਲਈ। ਸ਼ੋਕ ਵੀਰੇ ਕਿਉਂਕਿ ਕਾਲਜ ਟਾਈਮ ਵੀ ਤੁਸੀਂ ਗਾਇਆ ਆ ਯਾ ਯੂਨੀਵਰਸਿਟੀਾਂ ਚ ਵੀ ਗਾਇਆ ਤੇ ਸ਼ੋਕ ਨੂੰ ਕੋਈ ਗੀਤ ਯਾਦ ਆ ਜਿਹੜਾ ਉਸ ਟਾਈਮ ਕਾਲਜ ਦੇ ਵਿੱਚ ਗਾਇਆ ਕਰਦਾ ਸੀਗਾ ਤੇ ਜਿਹੜੇ ਸਾਡੇ ਨਾਲ ਸਰੋਤੇ ਤੁਹਾਨੂੰ ਵੇਖ ਰਿਹਾ ਉਹਨਾਂ ਦੇ ਨਾਲ ਉਹ ਗਾਣਾ ਸਾਂਝਾ ਕਰੋ ਜੂਰ। ਮੈਂ ਜੀ ਸਤੂ ਸਾਬ ਤੋਂ ਇੱਕ ਗੱਲ ਦੱਸਣਾ ਚਾਹੁੰਦਾ ਇੱਕ ਕਿ ਮੈਂ ਜਿਹੜੇ ਹੁਣ ਤੱਕ ਕੰਪੀਟੀਸ਼ਨ ਜਿੰਨੇ ਵੀ ਲੜੇ ਨੇ ਜੀ ਉਹਨਾਂ ਵਿੱਚ ਜਿੰਨੇ ਵੀ ਗਾਣੇ ਗਾਏ ਨੇ ਉਹ ਤਕਰੀਬਨ ਜੀ ਮਾਨਕ ਸਾਹਿਬ ਦੇ ਚੂਜ਼ ਕਰਕੇ ਗਾਏ ਨੇ। ਹਾਂ ਜੀ। ਤੇ ਉਹਨਾਂ ਦੇ ਗਾਣਾ ਜਿਹੜਾ ਬੜਾ ਮੇਰੇ ਦਿਲ ਦੇ ਕਰੀਬ ਹੈ ਤੇ ਉਹ ਮੈਂ ਤੁਹਾਡੇ ਰੂਬਰੂ ਕਰਦਾ ਜੀ ਮਣਕ ਸਾਹਿਬ ਦਾ ਗਾਣਾ ਆਉਣ ਦਿਓ ਜੀ ਆਉਣ ਦਿਓ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਰੱਬ ਦਾ ਨਾਓ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਬੱਚਿਆਂ ਦਾ ਦੁੱਖ ਮਾਂ ਸਹਿੰਦੀ ਗਿੱਲੀ ਥਾਤੇ ਆਪ ਹੈ ਪੈਂਦੀ ਬੱਚਿਆਂ ਦਾ ਦੁੱਖ ਮਾਏ ਸੈਂਦੀ ਗਿੱਲੀ ਥਾਤੇ ਆਪ ਹੈ ਪੈਂਦੀ ਬੱਚਿਆਂ ਲਈ ਸੁਕੀ ਥਾਉ ਦੁਨੀਆਂ ਵਾਲਿਓ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਵਾਹ ਜੀ ਬਾਬਾ ਜੀ ਵਾ ਮਾਨਕ ਸਾਹਿਬ ਕਲੀਆਂ ਦੇ ਬਾਦਸ਼ਾਹ ਜੀ ਕਿਉਂਕਿ ਉਹਨਾਂ ਦਾ ਤਗਾਣਾ ਵੈਸੀ ਬਹੁਤ ਵੱਡਾ ਚ ਜਦੋਂ ਮਾਂ ਵਾਲੀ ਗੱਲ ਹੋ ਜਵੇ ਤੇ ਹੋਰ ਵੀ ਵੱਡੀ ਹੋ ਜਾਂਦੀ ਆ ਤੇ ਗਿੱਲ ਸਾਹਿਬ ਇਹ ਮਾਂ ਦੀ ਹੱਲਾਸ਼ੇਰੀ ਕਿੰਨੀ ਕਰਈ ਆ ਸੰਗੀਤ ਜਗਤ ਦੇ ਵਿੱਚ ਅਸ਼ੋਕ ਗਿੱਲ ਨੂੰ ਮਾਂ ਦੀ ਹੱਲਾਸ਼ੇਰੀ ਕਿੰਨੀ ਕਰਈ ਆ ਮਾਂ ਦੀ ਹੱਲਾਸ਼ੇਰੀ ਜੀ ਸਭ ਤੋਂ ਜੇ ਵੱਧ ਕਹਿ ਲਵਾਂ ਤੇ ਕੋਈ ਅਤ ਕਤ ਨਹੀਂ ਨਹੀਂ ਜੀ ਬਾਪੂ ਮੇਰਾ ਰੋਕਦਾ ਸੀਗਾ ਕਿ ਨਹੀਂ ਕੰਮ ਕਰਨਾ ਇਹ ਤੇ ਪੈਸੇ ਪੂਸੇ ਤੁਹਾਨੂੰ ਬਤਾਉ ਉਹ ਇਦਾਂ ਹੀ ਹੁੰਦੇ ਸੀਗੇ ਹਾਂ ਜੀ ਤੇ ਫਿਰ ਜਦੋਂ ਕਹਿਣਾ ਜਾਣਾ ਆ ਉਧਰ ਜਾਣਾ ਉਧਰ ਜਾਣਾ ਤਾਂ ਆਪਾਂ ਤਾਂ ਕੰਮ ਕਰਦੇ ਰਹੀ ਸੀ ਕੋਈ ਤਾਂ ਜਿਹੜਾ ਬੰਦਾ ਪੜਦਾ ਹੁੰਦਾ ਉਹ ਤਾਂ ਟੋਟਲੀ ਫ੍ਰੀ ਹੈ ਤੇ ਫਿਰ ਬਾਪੂ ਨੇ ਸਗਾ ਮਨਾ ਕਰਨਾ ਵੀ ਨਹੀਂ ਪੈਸੇ ਦੇਣੇ ਇਹਨੂੰ ਤੂੰ ਪੁੱਠੇ ਕੰਮ ਤੇ ਲਾਉਣੀ ਇਹਨੂੰ ਤੇ ਫਿਰ ਮਾਤਾ ਨੇ ਚੋਰੀ ਚ ਉਹਨਾਂ ਤੋਂ ਪੈਸੇ ਦੇ ਦੇਣੇ ਵੀ ਤੂੰ ਜਾ ਕੋਈ ਨਹੀਂ ਕੋਈ ਨਹੀਂ ਇਹਨੂੰ ਮੈਂ ਆਪੇ ਦੇਖ ਲਵਾਂਗਾ ਬਿਲਕੁਲ ਜੀ ਮਾਵਾਂ ਦਾ ਜਿਹੜਾ دل ਆ ਉਹ ਇਦਾਂ ਹੀ ਹੁੰਦਾ ਉਹ ਚਾਹੁੰਦੀ ਆ ਕਿ ਬੱਚਾ ਮੇਰਾ ਕਿਤੇ ਨਾ ਕਿਤੇ ਪਹੁੰਚੇ ਤੇ ਕੋਈ ਨਾ ਕੋਈ ਪੜਦਾ ਰੱਖ ਕੇ ਜਾਂ ਪੈਸੇ ਵੀ ਆ ਕਿਉਂਕਿ ਉਹ ਤਾਂ ਆਪਣੇ ਬੇਟੇ ਨਾਲ ਪਿਆਰ ਹੁੰਦਾ ਨਾ ਤੇ ਉਹ ਉਹ ਪਿਆਰ ਦੇ ਸਦਕਾ ਮਾਂ ਜਿਹੜਾ ਆ ਕਿਤੇ ਨਾ ਕਿਤੇ ਪੜਦਾ ਰੱਖ ਕੇ ਵੀ ਬੇਟੇ ਨੂੰ ਭੇਜ ਦਿੰਦੀ ਆ ਤੇ ਗੱਲ ਸਾਹਿਬ ਫਿਰ ਕਿਉਂਕਿ ਸੰਗੀਤ ਮੈਂ ਅਕਸਰ ਹੀ ਗੱਲ ਕਰਿਆ ਕਰਦਾ ਕਿਉਂਕਿ ਸੰਗੀਤ ਇੱਕ ਬਹੁਤ ਵੱਡਾ ਪਲੇਟਫਾਰਮ ਆ ਇਹਦੇ ਵਿੱਚ ਸਿੱਖਣਾ ਬੜਾ ਜ਼ੂਰੀ ਆ ਤੇ ਫਿਰ ਗੱਲ ਨੇ ਕਿਹਦਾ ਦੇ ਕੋਲ ਸਿੱਖਿਆ ਲਈ ਆ ਬੈ ਜੀ 베ਰੀ ਜਿਹੜੀ ਸਿੱਖਿਆ ਜੀ ਉਹ ਬਹੁਤ ਲੰਬੀ ਹੈ। ਅੱਛਾ ਜੀ। ਜਦੋਂ ਅਸੀਂ ਪਹਿਲੀ ਟੇਪ ਕੀਤੀ ਨਾ ਕੁਲਜੀਤ ਥੋੜਾ ਕੋਲ ਤੇ ਉਹਨਾਂ ਨੇ ਸੁਣਿਆ ਕਿ ਵਧੀਆ ਗਵਾ ਦਾ ਮੁੰਡਾ ਤੇ ਅਸੀਂ ਜਦੋਂ ਮਾਸਟਰ ਲੈਣ ਗਿਆ ਉਹਨਾਂ ਕੋਲ ਉਦੋਂ ਅੱਛਾ ਜੀ ਤੇ ਪੁੱਛਿਆ ਮੈਨੂੰ ਤੇ ਕਹਿੰਦਾ ਵੀ ਕੀ ਕਰਦਾ ਮੈਂ ਮੈਂ ਪੜਦਾ ਹਾਂ। ਅੱਛਾ ਕਹਿੰਦਾ ਪੜ ਪੜ ਕੇ ਕੀ ਲੈਣਾ ਕਿਹੜਾ ਡੀਸੀ ਲੱਗਣਾ ਯਾਰ। ਅੱਛਾ ਜੀ ਕਹਿੰਦਾ ਜੇ ਪ੍ਰੋਫੈਸ਼ਨਲ ਤੌਰ ਤੇ ਆਉਣਾ ਲਾਈਨ 'ਚ ਤਾਂ ਆ ਜਾ ਮੇਰੇ ਕੋਲ। ਤੇ ਉਦੋਂ ਚਾਹ ਬੜਾ ਸਗਾ ਜੀ। ਪਾਜੀ ਉਹਦਾ ਬੜਾ ਨਾਮ ਸੀਗਾ ਤੇ ਸਾਡੇ ਲਈ ਇੱਕ ਬਹੁਤ ਬਹੁਤ ਵੱਡਾ ਨਾਮ ਬਹੁਤ ਵੱਡਾ ਨਾਮ ਅੱਜ ਅੱਜ ਤਾਂ ਹੈ ਹੀ ਹੈ ਉਦੋਂ ਸਾਡੇ ਲਈ ਸਾਡੇ ਲਈ ਬਹੁਤ ਜ਼ਿਆਦਾ ਵੱਡਾ ਸੀਗਾ ਉਦੋਂ ਕਿੰਨਾ ਵੇ ਗਿਆ ਸੀ ਨਾ ਉਹ ਆ ਕੇ ਤਿੰਨ ਦਿਨ ਤਾਂ ਨੀਂਦ ਹੀ ਨਹੀਂ ਆਈ ਸੀ ਵੀ ਕੁਲਜੀਤ ਸਿੰਘ ਉਹਨਾਂ ਨੇ ਆਪ ਆਫਰ ਕੀਤੀ ਆ ਵੀ ਅਸ਼ੋਕ ਵੀ ਜੇ ਪ੍ਰੋਫੈਸ਼ਨਲ ਤੇ ਹੋਣਾ ਤੇ ਮੇਰੇ ਕੋਲ ਆ ਜਾ ਤੇ ਬੜਾ ਫਿਰ ਮਨ ਬਣਾਇਆ ਫਿਰ ਘਰੇ ਗੱਲ ਕੀਤੀ ਫੇ ਕਰਦੇ ਕਹਿੰਦੇ ਵੀ ਤੇਰੀ ਮਰਜ਼ੀ ਆ ਜੇ ਤੂੰ ਪੜ੍ਹਨਾ ਆ ਤੇ ਪੜ੍ਹ ਲੈ ਤੇ ਜੇ ਤੂੰ ਪ੍ਰੋਫੈਸ਼ਨਲੀ ਲਾਈਨ 'ਚ ਆਉਣਾ ਆ ਤੇ ਫੇ ਚੱਲ ਜਾ ਲੱਗ ਜਾ ਗੁਰੂ ਜੀ ਦੇ ਚਰਨੀ ਫੇ ਚੱਕਿਆ ਬੋਰੀਆ ਵਿਸਤਰਾ ਹੀ ਚਲ ਗਏ ਉਹਨਾਂ ਕੋਲ ਕਿਲਦੀ ਪਾਜੀ ਹਣਾ ਕੋਲ ਤੇ ਫਿਰ ਤਕਰੀਬਨ 10 ਸਾਲ ਤੱਕ ਮੈਂ ਪਾਜੀ ਹਣਾ ਕੋਲ ਹੀ ਰਿਆਂ ਜੀ ਤੇ ਜਦੋਂ ਫਿਰ ਦੇਖਿਆ ਉਹਨਾਂ ਨੇ ਵੀ ਹੁਣ ਬੰਦੇ ਦੀ ਮਿਹਨਤ ਪੂਰੀ ਹੋ ਗਈ ਹੈ ਫਿਰ ਉਹਨਾਂ ਨੇ ਆਪ ਹੀ ਕਹਿ ਕਦੇ ਅਸ਼ੋਕ ਜੇਤਾ ਇੱਥੇ ਰਹਿਣਾ ਤਾਂ ਵੀ ਤਾਂ ਠੀਕ ਹੈ ਤੇ ਜੇ ਤੂੰ ਆਪਣਾ ਕੁਛ ਕਰਨਾ ਚਾਹੁੰਦਾ ਤੇ ਤੇਰੀ ਤਪੱਸਿਆ ਪੂਰੀ ਹੁਣ ਚੱਲ ਜਾ। ਤੇ ਅਸ਼ੋਕ ਵੀ ਨੇ ਜਿਹੜਾ ਪਹਿਲੀ ਟੇਪ ਕੀਤੀ ਤੁਸੀਂ ਦੋ ਵਾਰੀ ਜ਼ਿਕਰ ਕੀਤਾ ਕਿ ਮੇਰੀ ਪਹਿਲੀ ਫਾਸਟ ਐਲਬਮ ਕਲਜੀਤ ਭਾਜੀ ਤੋਂ ਕੀਤੀ। ਉਹਦੇ ਵਿੱਚੋਂ ਕੋਈ ਗਾਣਾ ਆ ਜਾਦਿਆ ਜਿਹੜਾ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਵੇ ਤੁਹਾਨੂੰ ਲੱਗਦਾ ਯਾਰ ਕਿਉਂਕਿ ਉਹ ਤੋਂ ਦੌਰ ਅੱਠ ਗੀਤਾਂ ਦਾ ਸੀਗਾ ਕਿ ਅੱਠ ਗੀਤ ਕਾਨੇ ਆ ਵੱਖ-ਵੱਖ ਵਿਸ਼ੇ ਹੁੰਦੇ ਸੀ ਕੋਈ ਰੋਮਾਂਟਿਕ ਹੋ ਗਿਆ ਕੋਈ ਸੈਡ ਹੋ ਗਿਆ ਤਕਰੀਬਨ ਜ਼ਿਆਦਾ ਸੈਡ ਹੀ ਸੀਗਾ ਕੋਈ ਬੀਟ ਗੱਲਬਾਤ ਹੋ ਗਈ ਤੇ ਉਹਨਾਂ ਵਿੱਚੋਂ ਕੋਈ ਗਾਣਾ ਜਿਹੜਾ ਤੁਹਾਡੇ ਦਿਲ ਦੇ ਸਭ ਤੋਂ ਨੇੜੇ ਆ। ਉਹਦੇ ਵਿੱਚੋਂ ਇੱਕ ਗਾਣਾ ਟਾਈਟਲ ਗਾਣਾ ਸੀਗਾ ਉਹ ਜਿਹੜੀ ਟੇਪ ਉਹਦੋਂ ਕੰਪਨੀ ਬੜੀ ਫੇਵਰਸ ਸੀ ਉਹ TPM ਤੇ ਉਹਦੇ ਵਿੱਚ ਆਈ ਸੀ ਟੇਪ ਉਹ ਅੱਛਾ ਨਾਮ ਅੱਛਾ ਨਾਮ ਸੀਗਾ ਤੇ ਹਾਂਜੀ ਉਹਦਾ ਇੱਕ ਗਾਣਾ ਟਾਈਟਲ ਗਾਣਾ ਸੀਗਾ ਉਹਦੀਆਂ ਕੁਝ ਲਾਈਨਾਂ ਮੇਰੇ ਯਾਦ ਨਹੀਂ ਹਲੇ ਵੀ ਮੈਂ ਸੁਣਾ ਰਿਹਾ ਤੁਹਾਨੂੰ ਹਾਂਜੀ ਹਜ ਜਦੋਂ ਦਾ ਪਿਆਰ ਮੈਨੂੰ ਉਹਦੇ ਨਾਲ ਹੋਇਆ ਜਦੋਂ ਦਾ ਪਿਆਰ ਮੈਨੂੰ ਉਹਦੇ ਨਾਲ ਹੋਇਆ ਮੇਰਾ ਤਨ ਮਨ ਸੁਖਾਂ ਨਾਲ ਭਰਿਆ ਮਾਹੀ ਦੀਆਂ ਚੋਰੀ ਅੱਖੀਆਂ ਦਿਲ ਕੱਢਿਆ ਖੜਾਕ ਵੀ ਨਾ ਕਰਿਆ ਮਾਹੀ ਦੀਆਂ ਚੋੜੇ ਅੱਖੀਆਂ ਦਿਲ ਕੱਢਿਆ ਖੜਾਕ ਵੀ ਨਾ ਕਰਿਆ ਮਾਹੀ ਦੀਆਂ ਚੋੜੇ ਅੱਖੀਆਂ ਵਾਹ ਜੀ ਵਾਹ ਵਾਹ ਜੀ ਬਾਬਾ ਜੀ ਮਾਹੀ ਦੀਆਂ ਚੋਰ ਰੱਖੀਆਂ ਬਹੁਤ ਵਧੀਆ ਗਾਣੇ ਦੀ ਸਕ੍ਰਿਪਟ ਬਹੁਤ ਵਧੀਆ ਤੇ ਅਸ਼ੋਕ ਵੀਰੇ ਕਿਉਂਕਿ ਤੁਹਾਡੇ ਗਾਣੇ ਜਿਹੜੇ ਆ ਪੰਜਾਬ ਨੇ ਮੇਰੇ ਸਾਹਮਣੇ ਨਾਲ ਪੂਰੀ ਦੁਨੀਆ ਵਿੱਚ ਲੋਕਾਂ ਨੇ ਸੁਨੇ ਆ ਤੇ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਲਾਓ ਤੇ ਮੇਰੇ ਸਾਹਮਣੇ ਪੂਰੀ ਦੁਨੀਆ ਦੇ ਵਿੱਚ ਕੋਈ ਐਸਾ ਪੰਜਾਬੀ ਨਹੀਂ ਜਿਨੇ ਉਹ ਗਾਣਾ ਨਹੀਂ ਸੁਨੇ ਆ ਤੇ ਫਿਰ ਉਸ ਗਾਣੇ ਦਾ ਕਿਦਾਂ ਸਬਬ ਬਣਿਆ ਕਿ ਸ਼ੋਗਿਲ ਦੇ ਖਾਤੇ ਦੇ ਵਿੱਚ ਉਹ ਗਾਣਾ ਕਿੱਦਾਂ ਪਿਆ ਇਹ ਵੀ ਬਹੁਤ ਇੰਟਰਸਟਿੰਗ ਕਿਸਾ ਹੈ ਜੀ ਹੌਣ ਦਿਓ ਹੌਣ ਦਿਓ ਤੇ ਇਹ ਵੀ ਮੈਂ ਜਿੱਦਾਂ ਉਹ ਪੰਜਾਬੀ ਐਮਸੀ ਪਹਿਲੀ ਵਾਰ ਆਏ ਸੀਗੇ ਜਿੱਦਾਂ ਇੰਡੀਆ ਅੱਛਾ ਜੀ ਤੇ ਕੁਲਜੀਤ ਭਾਈ ਦੇ ਸਟੂਡੀਓ ਦੀ ਗੱਲ ਹੈ ਤੇ ਮੈਨੂੰ ਰਿਕਾਰਡ ਕਰਨੀ ਸੀ ਅਜੇ ਅੱਛਾ ਜੀ ਤੇ ਉਹ ਜਿੱਦਾਂ ਹੋਰ ਬੀ ਸਿੰਗਰ ਸੀਗੇ ਉਸ ਟਾਈਮ ਦੇ ਜਿਹੜੇ ਨਾਮੀ ਸਿੰਗਰ ਸੀਗੇ ਓਕੇ ਉਹਨਾਂ ਚ ਬਿਲਕੁਲ ਮੈਂ ਨਵਾਂ ਸੀਗਾ ਮੇਰਾ ਗਾਣਾ ਨਹੀਂ ਸੀ ਕਰਨਾ ਉਹ 20 ਰਿਕਾਰਡ ਹੋ ਗਈਆਂ ਸੀ ਵੋਕ ਲਾ ਉਹਨਾਂ ਦੀਆਂ ਤੇ ਇੱਕ ਦਿਨ ਅਚਾਨਕ ਹੀ ਆਏ ਪੰਜਾਬੀ ਐਮਸੀ ਸਟੂਡੀਓ ਕੁਲਜੀਤ ਭਾਈ ਬਾਹਰ ਬੈਠੇ ਸੀਗੇ ਤੇ ਮੈਂ ਸਟੂਡੀਓ ਦੇ ਅੰਦਰ ਰਿਆਜ਼ ਕਰਦਾ ਸੀ ਵੈਸੇ ਮੈਨੂੰ ਨਹੀਂ ਪਤਾ ਬਾਹਰ ਕੌਣ ਆਇਆ ਕੌਣ ਗਿਆ ਤੇ ਉਹ ਪੰਜਾਬੀ ਐਮਸੀ ਦੀ ਜਿਹੜੀ ਨਿਗਾਹ ਬੜੀ ਪਾਰਖੂ ਹੈ ਉਹਨੇ ਕਿਤੇ ਸੁਣ ਲਿਆ ਦੋਕ ਬੋਲ ਕਰਨੀ ਪਈ ਤੇ ਕੁਲਜੀਤ ਭਾਈ ਨੂੰ ਪੁੱਛਿਆ ਉਹਨਾਂ ਨੇ ਕਹਿੰਦੇ ਵੀ ਆਹ ਮੁੰਡਾ ਅੰਦਰ ਕੌਣ ਗਾਉਂਦਾ ਉਹ ਕਹਿੰਦੇ ਉਹ ਸ਼ੌਕੀ ਆਪਣਾ ਯਾਰ ਉਹ ਸ਼ੌਕੀ ਮੈ ਤੇ ਕਹਿੰਦੇ ਤਾਂ ਗਾਣਾ ਕਰ ਲੈਣਾ ਇੱਕ ਤੇ ਭਾਜੀ ਕਹਿੰਦੇ ਕਰ ਲੋ ਗਾਣਾ ਤੇ ਵੋਕਲ ਸੀ ਕੀ ਗਾਣਾ ਇੱਕ ਪਿਆਸ ਸੀਗਾ ਚੰਗਾ ਜੀ ਤੇ ਉਹ ਵੋਕਲ ਮੈਂ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪੜਾਓ ਬਿੰਦਰ ਦਿਲਬਰ ਜਿਹੜੇ ਗਿੱਦੜ ਪੈਂਦੀ ਤੋਂ ਉਹਨਾਂ ਦਾ ਲਿਖਿਆ ਹੋਇਆ ਗਾਣਾ ਅਸੀਂ ਕਰਕੇ ਦਿੱਤਾ ਸੀ ਗਾਣਾ ਉਹ ਤੇ 20 ਗਾਣੇ ਉਹ 21ਵਾਂ ਗਾਣਾ ਮੇਰਾ ਸੀਗਾ ਜੀ ਤੇ ਉਹ ਚੱਲ ਗਿਆ ਮੁੜ ਕੇ ਲੈ ਕੇ ਵੋਕਲ ਸਾਡੇ ਮੰਚ 'ਚ ਨਹੀਂ ਪੰਜਾਬੀ ਐਮਸੀ ਗਾਣਾ ਕਰੂਗਾ ਉਦੋਂ ਕਿਹੜਾ ਪਤਾ ਹੁੰਦਾ ਭਾਜੀ ਏਡਾ ਵੱਡਾ ਬੈਨਰ ਹੈ ਵੈਸੇ ਵੀ ਆਲੇ ਗਾਣਾ ਉਹ ਵੀ ਕਰਦੇ ਹੀ ਨਹੀਂ ਉਹ ਤੋਂ ਜਦੋਂ ਗਏ ਤਾਂ ਅਗਲੇ ਵੀਕੇ ਕੁਲਜੀਤ ਭਾਜੀ ਨੂੰ ਫੋਨ ਆ ਗਿਆ ਉਹਨਾਂ ਦਾ ਕਹਿੰਦੇ ਕਿ ਅਸ਼ੋਕ ਦੇ ਸਾਈਨ ਕਰਾ ਕੇ ਭੇਜ ਦਿਓ ਅਸੀਂ ਉਹਦਾ ਗਾਣਾ ਸ਼ੁਰੂ ਕਰਤਾ ਮਿਊਜ਼ਿਕ ਸ਼ੁਰੂ ਕਰਤਾ ਹੋਇਆ ਤੇ ਭਾਜੀ ਨੇ ਉਹਦੇ ਕਿਹਾ ਕਹਿੰਦੇ ਅਸ਼ੋਕ ਜੇ ਪੰਜਾਬੀ ਐਮਸੀ ਨੇ ਤੇਰਾ ਗਾਣਾ ਕਰਤਾ ਨਾ ਤਾਂ ਤੂੰ ਸਟਾਰ ਹੈ ਯਾਰ ਅੱਛਾ ਆਹ ਆਪਾਂ ਇਗਨੋਰ ਕੀਤਾ ਮੈਂ ਗਿਆ ਹਾਂ ਐਡੀ ਛੇਤੀ ਸਟਾਰ ਕਿੱਥੇ ਬਣਨ ਲੱਗੇ ਯਾਰ ਤੇ ਉਹ ਕਰਦੇ ਕਰੋ ਉਹਦੇ ਜਦੋਂ 2 ਮਹੀਨੇ ਬਾਅਦ ਗਾਣਾ ਆਇਆ ਜੀ ਯੂਕੇ ਰਿਲੀਜ਼ ਹੋਇਆ ਤੇ ਬਹੁਤ ਵਧੀਆ ਰਿਪੋਰਟ ਤੇ ਜਦੋਂ ਇੰਡੀਆ ਆਇਆ ਜੀ ਤਫਰ ਤਾਂ ਸੋਨੇ ਚ ਹੋ ਗਈ ਹੋ ਗਿਆ ਤੇ ਦੋ ਲੈਣਾ ਫਿਰ ਹੋ ਗਿਆ ਸ਼ਰਾਬੀ ਦੀਆਂ ਵੀ ਆਉਣ ਨਾ ਹੋ ਜਿਹੜੀ ਨੱਚਦੀ ਗਿੱਦੇ ਚ ਬੜੀ ਜੱਚ ਦੀ ਗਿੱਦੇ ਚ ਹੋ ਜਿਹੜੀ ਨੱਚਦੀ ਗਿੱਦੇ ਚ ਬੜੀ ਜੱਚ ਦੀ ਗਿੱਦੇ ਚ ਦਿਲ ਉਹਦੇ ਉੱਤੇ ਆਇਆ ਜ਼ਰਾ ਉਸ ਨੂੰ ਬੁਲਾਉ ਏ ਮੈਂ ਹੋ ਗਿਆ ਸ਼ਰਾਬੀ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪੜਾਉ ਏ ਮੈਂ ਹੋ ਗਿਆ ਸ਼ਰਾਬੀ ਅੱਗ ਪਰ ਪਰ ਦਿਨੇ ਜਦੋਂ ਤੱਕ ਦੀਓ ਪੈੜਾ ਕਿ ਤੇਰਾ ਸਹੀ ਨਾ ਜਾਵੇ ਮੇਰਾ ਛੱਡ ਦਿਓ ਖਿਹੜਾ ਜੇ ਜ਼ਰੂਰੀਆ ਪੜਾਉਣੀ ਮੇਰੇ ਬੁੱਲਾ ਨਾਲ ਲਾਉਣੀ ਜੇ ਜ਼ਰੂਰੀਆ ਪੜਾਉਣੀ ਮੇਰੇ ਬੁੱਲਾ ਨਾਲ ਲਾਉਣੀ ਉਹਦਾ ਮਹਿੰਦੀ ਵਾਲਾ ਹੱਥ ਇੱਕ ਵਾਰ ਤਾਂ ਲਵਾਉ ਏ ਮੈਂ ਹੋ ਗਿਆ ਸ਼ਰਾਬੀ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪੜਾਉ ਏ ਮੈਂ ਹੋ ਗਿਆ ਸ਼ਰਾਬੀ ਵਾਹ ਜੀ ਬਾਹ ਵਾਹ ਜੀ ਬਾਹ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਲਾਓ ਤੇ ਅਸ਼ੋਕ ਵੀਰੇ ਤੇ ਉਦੋਂ ਬਾਅਦ ਕਾਣਿਆਂ ਦੀ ਲੜੀ ਚੱਲ ਪਈ ਤੇ ਫਿਰ ਆਪਣੇ ਪੰਜਾਬੀ ਵਾਲਿਆਂ ਨੇ ਹੋਰ ਗਾਣੇ ਕਿੰਨੇ ਕੀਤੇ ਤੁਹਾਡੇ ਪੰਜਾਬੀ ਐਮਸੀ ਦੇ ਮੇਰੇ ਜਿੰਨੇ ਗਾਣੇ ਆਏ ਨੇ ਜੀ ਉਹ ਤਕਰੀਬਨ ਕਲਿਕ ਨੇ ਜੀ ਇਸ ਤੋਂ ਬਾਅਦ ਆਇਆ ਸੀਗਾ ਗਾਣਾ ਮੇਰਾ ਅੱਜ ਫਿਰ ਕਿੱਥੇ ਚੱਲੀ ਹੈ ਮੋਰਨੀ ਬਣ ਕੇ ਉਸ ਤੋਂ ਬਾਅਦ ਗੋਰਾ-ਗੋਰਾ ਰੰਗ ਤੇ ਫਿਰ ਬੋਲੀਆਂ ਤੇ ਮੇ ਵੀ ਪੰਜਾਬੀ ਐਮਸੀ ਨੇ ਮੇਰੇ ਸੱਤ ਕੇ ਗਾਣੇ ਜਿਹੜੇ ਹੁਣ ਤੱਕ ਰਿਲੀਜ਼ ਹੋਏ ਨੇ ਜੀ ਤੇ ਉਹ ਸਾਰੇ ਕਲਿਕ ਆਨੇ ਉਹਨਾਂ ਦੇ ਕੀਤੇ ਹੋਏ ਗਾਣੇ ਵਾਜੀਵਾ ਕਿਉਂਕਿ ਪੰਜਾਬ ਲਾਈਵ ਦੀ ਟੀਮ ਜਿਹੜੀ ਤੁਹਾਨੂੰ ਸਲੂਟ ਕਰਦੀ ਆ ਤੁਹਾਡੇਆਂ ਗੱਲਾਂ ਬਾਤਾਂ ਨੂੰ ਤੁਹਾਡੇ ਗੀਤਾਂ ਨੂੰ ਕਿਉਂਕਿ ਤੁਸੀਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਮਿਆਰੀ ਗੀਤਾਂ ਦੇ ਨਾਲ ਆਪਣੀ ਜਿਹੜੀ ਪਛਾਣ ਬਣਾਈ ਆ ਵਧੀਆ ਗਾਣੇ ਸੁਪਰ ਗਾਣੇ ਆ ਕਿਉਂਕਿ ਹਰ ਪੰਜਾਬੀ ਤੁਹਾਡੇ ਗਾਣਿਆਂ ਤੇ ਨੱਚਿਆ ਆ ਤੁਸੀਂ ਵਿੱਚ ਇੱਕ ਜ਼ਿਕਰ ਕੀਤਾ ਜੇ ਫਿਰ ਕਿੱਥੇ ਚੱਲ ਰਹੀ ਐ ਮੋਰਨੀ ਬਣ ਕੇ ਮੋਰਨੀ ਬਣ ਕੇ ਕਾਫੀ ਹਿੱਟ ਸੀਗਾ ਤੇ ਫਿਰ 뮤직 ਜਿਹੜਾ ਆ ਫਿਲਮ ਇੰਡਸਟਰੀ ਤੱਕ ਗਾਣਾ ਕਿਸ ਤਰ੍ਹਾਂ ਪਹੁੰਚ ਗਿਆ ਉਹ ਐਦਾਂ ਸੀਗਾ ਜੀ ਉਹ ਗਾਣਾ ਜਦੋਂ ਪੰਜਾਬੀ ਐਮਸੀ ਨਾਲ রাইਟਸ ਦੀ ਗੱਲ ਹੋਈ ਸੀ ਕਿਉਂਕਿ ਇਹ রাইਟਸ ਜਿਹੜੇ ਉਹ ਪੰਜਾਬੀ ਐਮਸੀ ਤੋਂ ਨੇ ਅੱਛਾ ਜੀ ਉਹ ਜਦੋਂ ਗੱਲ ਹੋਈ ਤੇ ਟੀ ਨਾਲ ਉਹਨਾਂ ਦਾ ਡੀਲ ਹੋਈ ਮੇਰੇ ਮੈਂ ਵੀ ਉਦੋਂ ਯੂਕੇ ਹੀ ਸੀਗਾ ਉਹ ਗੱਲ ਹੋਈ ਜੀ ਉਹ ਕਹਿੰਦੇ ਵੀ ਇਹਨਾਂ ਦਾ ਗਾਣਾ ਅਸੀਂ ਫਿਲਮ ਲਈ ਲੈਣਾ ਹੈ ਤੇ ਉਹ ਪੰਜਾਬੀ ਐਮਸੀ ਨੇ ਮੇਰੇ ਸਾਹਮਣੇ ਕਿਹਾ ਉਹਨਾਂ ਨੂੰ ਕਹਿੰਦੇ ਵੀ ਜੇ ਤਾਂ ਤੁਸੀਂ ਫਿਲਮ ਲਈ ਗਾਣਾ ਕਰਨਾ ਤੇ ਜਿਹੜਾ ਮੇਰਾ ਰੀਅਲ ਸਿੰਗਰ ਹੈ ਨਾ ਜੀ ਅਸ਼ੋਕ ਗਿੱਲ ਤੇ ਜੇ ਕਰੋਨਾ ਤੇ ਵੋਕਲ ਅਸ਼ੋਕ ਗਿੱਲ ਦੀ ਹੋਊਗੀ ਉਹ ਕਹਿੰਦੇ ਠੀਕ ਹੈ ਜੀ ਚਲੋ ਜੀ ਉਸ ਤੋਂ ਬਾਅਦ ਮੇਰੇ ਵੀ ਮਾਈਂਡਸ ਮੈਂ ਵੀ ਗੌਰ ਨਹੀਂ ਕੀਤੀ ਜ਼ਿਆਦਾ ਮੈਂ ਕਿਹਾ ਚਲ ਉਹ ਜਦੋਂ ਮੁੜ ਕੇ ਦੇਖਿਆ ਜੀ ਮਹੀਨੇ ਬਾਅਦ ਜਦੋਂ ਗਾਣਾ ਉਹ ਚੈਨਲ ਤੇ ਦੇਖਿਆ ਜੀ ਤਾਂ ਚੱਲਿਆ ਉਹ ਦੇਖਿਆ ਕੌਣ ਸਿੰਗਰ ਪੁੱਛਿਆ ਕਹਿੰਦਾ ਜੀ ਗੁਰੂ ਰੰਦਾਵਾ ਤੇ ਫਿਰ ਮੈਂ ਸੰਪਰਕ ਕੀਤਾ ਪੰਜਾਬੀ ਐਮਸੀ ਨੂੰ ਮੈਂ ਕਿਹਾ ਯਾਰ ਮਾੜੀ ਗੱਲ ਹੈ ਵੀ ਆਪਾਂ ਭਰਾ ਆ ਯਾਰ ਮੈਂ ਕਮ ਸੇ ਕਮ ਤੂੰ 10 ਦਿਨਾਂ ਨੂੰ ਕਹਿੰਦਾ ਅਸ਼ੋਕ ਮੈਨੂੰ ਖੁਦ ਨੂੰ ਇਹ ਚੀਜ਼ ਦਾ ਨਹੀਂ ਪਤਾ ਮੈਂ ਕਿਹਾ ਭਾਜੀ ਤੁਹਾਨੂੰ ਤਾਂ ਪਤਾ ਹੋਊਗਾ ਐਦਾਂ ਕਿਦਾਂ ਹੋਊਗਾ ਭਾਜੀ ਨਾ ਪਤਾ ਹੋਊਗਾ ਤੁਸੀਂ ਪ੍ਰੋਡਿਊਸਰ ਹੋ ਭਾਜੀ ਤੁਹਾਡੇ ਤੋਂ ਮੈਂ ਗਾਣਾ ਕਾਊਂਟ ਕਰ ਦੂੰ ਫਿਰ ਐਦਾਂ ਚਲੋ ਜੀ ਪੁੱਛੇ ਪੁੱਛੇ ਪਾ ਕੇ ਉਹਨਾਂ ਨੇ ਜੀ ਗੱਲ ਨੂੰ ਖਾਰਜ ਕਰਤਾ ਮੈਂ ਵੀ ਛੱਡ ਮ ਪਰ ਉਹ ਇੱਕ ਜ਼ਿੰਦਗੀ ਦੀ ਬਹੁਤ ਵੱਡੀ ਬ੍ਰੇਕ ਸੀ ਹਨਾ ਬਾਜੀ ਬਹੁਤ ਵੱਡੀ ਬ੍ਰੇਕ ਹੈ ਤੇ ਪਰ ਫਿਰ ਹੁਣ ਵੀ ਜਦੋਂ ਉਹ ਗਾਣਾ ਆਇਆ ਸੀਗਾ ਨਾ ਬਾਜੀ ਉਹ ਜਦੋਂ ਗੁਰੂ ਰੰਦਾਵਾਲਾ ਗਾਣਾ ਆਇਆ ਸੀਗਾ ਜਿਹੜਾ ਮੇਰਾ ਗਾਣਾ ਆਇਆ ਨਾ ਜੀ ਤੁਸੀਂ ਅੱਜ ਦੇ ਉਹਦੇ ਵਿਊ ਜਿਹੜੇ ਰੀਅਲ ਵਿਊ ਤੁਸੀਂ ਚੈੱਕ ਕਰੋਗੇ ਨਾ ਹੁਣ YouTube ਤੇ ਉਹਨੂੰ ਤੇ 56 ਲੱਖ ਵਿਊ ਜਿਹੜੇ ਉਹਦੇ ਰੀਅਲ ਵਿਊ ਨੇ ਤੇ ਜਿਹੜਾ ਇਹਨਾਂ ਨੇ ਗਾਣਾ ਗਾਇਆ ਤੁਸੀਂ ਉਹਦੇ ਵਿਊ ਆਪ ਚੈੱਕ ਕਰਕੇ ਦੇਖ ਲਓ ਫਿਰ ਪਤਾ ਲੱਗੂਗਾ ਕਿਹੜਾ ਗਾਣਾ ਵਧੀਆ ਸੀ ਤੇ ਕਿਹੜਾ ਮਾੜਾ ਸੀ ਯਾਨੀ ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚ ਇਹ ਸੰਗੀਤ ਜਗਤ ਦੇ ਵਿੱਚ ਕਿਤੇ ਨਾ ਕਿਤੇ ਧੱਕਾ ਹੋ ਹੀ ਜਾਂਦਾ ਨਾ ਅਜੀ ਤੱਕ ਤਾਂ ਹੋ ਹੀ ਜਾਂਦਾ ਤੁਸੀਂ ਖੁਦ ਇਸ ਲਾਈਨ ਨੂੰ ਬਿਲੋਂਗ ਕਰਦੇ ਹੋ ਤੱਕਾ ਤਾਂ ਕਿਤੇ ਨਾ ਕਿਤੇ ਹੋ ਜਾਂਦਾ ਪਰ ਹੌੜਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਜੀ ਜਿਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਜੀ ਬਿਨਾਂ ਸ਼ੱਕ ਜੀ ਬਿਨਾਂ ਸ਼ੱਕ ਸ਼ੋਕ ਵੀਰੇ ਇੰਨਾ ਤੁਹਾਡਾ ਫੇਮਸ ਗਾਣੇ ਆਏ ਆ ਇੱਡਾ ਮਾਰਕੀਟ ਦੇ ਵਿੱਚ ਨਾ ਆਇਆ ਜਦੋਂ ਕਿਸੇ ਨੂੰ ਗਾਣਾ ਦੱਸੀਦਾ ਕਿ ਹੋ ਗਿਆ ਸ਼ਰਾਬੀ ਅੱਜ ਫਿਰ ਕਿੱਥੇ ਚੱਲੀ ਐ ਮੋਰ ਨਹੀਂ ਬਣ ਕੇ ਤੇ ਲੋਕ ਉਹ ਗਾਣੇ ਮੱਲੋ ਮੱਲੀ ਬੀਟ ਜਿਹੜੀ ਉਹ ਦਿਮਾਗ ਦੇ ਵਿੱਚ ਮਾਈਂਡ ਚ ਆ ਜਾਂਦੀ ਹੈ ਨਾ ਪਰ ਕਿਸੇ ਨਾ ਕਿਤੇ ਮੈਨੂੰ ਲੱਗਦਾ ਕਿ ਅਸ਼ੋਕ ਥੋੜਾ ਜਿਹਾ ਪਿੱਛੇ ਨਹੀਂ ਰਹਿ ਗਿਆ ਕਿਉਂਕਿ ਗਾਣਿਆਂ ਦੇ ਨਾਲ ਗਾਣੇ ਵੱਡੇ ਆ ਤੇ ਅਸ਼ੋਕ ਨੂੰ ਲੋਕ ਘਟ ਜਾਣਦੇ ਆ ਇਹ ਇਹਦਾ ਵੀ ਰੀਜ਼ਨ ਇਹ ਆ ਜੀ ਕਿਉਂਕਿ ਜਿਹੜਾ ਹੋ ਗਿਆ ਸ਼ਰਾਬੀ ਸੀ ਗਾਣਾ ਤੇ ਮੋਰ ਨਹੀਂ ਬੱਲੇ ਬੱਲੇ ਇਹਦਾ ਦੋ ਗਾਣਿਆਂ ਦੇ ਵੀਡੀਓ ਚ ਮੈਂ ਖੁਦ ਐਨ ਸਭ ਤੋਂ ਵੱਡੀ ਜਿਹੜੀ ਤਰਸਦੀ ਇਹ ਆ ਭਾਜੀ ਹਨਾ ਜੇ ਮੇਜੇ ਮੇਰ ਨੂੰ ਦੋਨਾਂ ਗਾਣਿਆਂ ਦੇ ਵੀਡੀਓ ਚ ਹੁੰਦਾ ਤੇ ਫਿਰ ਸ਼ਾਇਦ ਮੈਂ ਹੁਣ ਤੁਹਾਡੇ ਕੋਲ ਕਿਤੇ ਹੋਰ ਹੁੰਦਾ ਤੇ ਨਹੀਂ ਤੁਸੀਂ ਪਹਿਲਾਂ ਨਾ ਕੋਈ ਸੈਟਿੰਗ ਕੀਤੀ ਨਹੀਂ ਸੀ ਗਾਣੇ ਦੀ ਕਿ ਮੈਂ ਵੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਤੁਸੀਂ ਪੁੱਛ ਲਈ ਮੇ ਤੋਂ ਭਾਜੀ ਜਦੋਂ ਬੰਦਾ ਹਨਾ ਸਮਝੋ ਉਹਦਾ ਕਿਨਾਰਾ ਹੈ ਨਹੀਂ ਬੰਦੇ ਕੋਲ ਕੋਈ ਹਨਾ ਉਦੋਂ ਬੰਦਾ ਇੱਧਰ ਵੀ ਦੇਖਦਾ ਇੱਧਰ ਜਾਵਾ ਉੱਧਰ ਜਾਵਾ ਉੱਧਰ ਜਾਵਾ ਉਹ ਦੇਖਦਾ ਜਿੱਧਰ ਪਉ ਨੂੰ ਬੈਟਰ ਲੱਗਦਾ ਉਹ ਬੰਦਾ ਉੱਧਰ ਨੂੰ ਜਾਂਦਾ ਵੀ ਇੱਧਰ ਨੂੰ ਬਚਾ ਹੈਗਾ ਉਦੋਂ ਟਾਈਮ ਇਹ ਸੀਗਾ ਭਾਜੀ ਕੋਈ ਵੀ ਕੰਮ ਜਿਹੜਾ ਜਦੋਂ ਨਵਾਂ ਬੰਦਾ ਹੁੰਦਾ ਉਹ ਉਹਨੂੰ ਸੋਚ ਕੇ ਨਹੀਂ ਕਰਦਾ ਹੈਨਾ ਜੀ ਉਦੋਂ ਪਹੁੰਦਾ ਵੀ ਮੇਰਾ ਗਾਣਾ ਹੋ ਜਾਵੇ ਯਾਰ ਵੀ ਕੋਈ ਵੱਡਾ ਲੇਬਲ ਮੈਨੂੰ ਕਹਿੰਦਾ ਗਾਣਾ ਕਰ ਲੈ ਕਰ ਦਿੰਦੇ ਆ ਉਹਨੂੰ ਕੋਈ ਰਾਈਟਸ ਨਹੀਂ ਕੋਈ ਕੁਝ ਨਹੀਂ ਕਹਣਾ ਕੋਈ ਨਹੀਂ ਗਾਣਾ ਕਰ ਦਿਆ ਵਧੀਆ ਕਰ ਲੈ ਜੀ ਹੈਨਾ ਉਹ ਚੀਜ਼ਾਂ ਉਦੋਂ ਇਹ ਚੀਜ਼ਾਂ ਦਾ ਬੜਾ ਦੌਰ ਵੀ ਹੈ ਨਹੀਂ ਸੀਗਾ ਹੁਣ ਤੁਹਾਨੂੰ ਪਤਾ ਕੰਪਨੀਆਂ ਰਾਈਟਸ ਤੋਂ ਬਿਨਾਂ ਜੇ ਸਿੰਗਰ ਦੇ ਸਾਈਨ ਹੈ ਨਹੀਂ ਗਾਣਾ ਨਹੀਂ ਕਰਨਾ ਐਮ ਡੀ ਦੇ ਸਾਈਨ ਹੈ ਨਹੀਂ ਨਹੀਂ ਕਰਨਾ ਰਾਈਟਰ ਦੇ ਸਾਈਨ ਹੈ ਨਹੀਂ ਨਹੀਂ ਕਰਨਾ ਪਰ ਉਦੋਂ ਇਹ ਕੰਡੀਸ਼ਨਰ ਲਾਗੂ ਨਹੀਂ ਸੀ ਉਦੋਂ ਤੁਸੀਂ ਸਿੱਧੂ ਪਾਤੋਂ ਗਾਣਾ ਲਿਆ ਆ ਅਸ਼ ਉਹਨੇ ਮਿਊਜ਼ਿਕ ਕੀਤਾ ਕਿਸੇ ਨੂੰ ਕੋਈ ਮਤਲਬ ਨਹੀਂ ਉਹਨਾਂ ਪ੍ਰੋਡਿਊਸਰ ਨੇ ਲਈ ਆ ਕੇ ਫੜਾਇਆ ਉਹਨੇ ਗਾਣਾ ਕਰ ਦੇਣਾ ਤੇ ਹੁਣ ਤਾਂ ਤੁਸੀਂ ਭਾਜੀ ਪੈਰ ਪੋਟ ਨਹੀਂ ਸਕਦੇ ਨਾ ਰਾਈਟਰ ਨਾਲ ਸਿੰਗਰ ਨਾਲ ਐਮਡੀ ਤੋਂ ਬਿਨਾਂ ਇਹ ਚੀਜ਼ਾਂ ਸੀਗੀਆਂ ਉਹ ਜਣੀ ਇਹੇ ਕਾਰਨ ਬਣਿਆ ਕਿ ਉਦੋਂ ਸੀਗੇ ਅਣਜਾਣ ਕਹਿ ਸਕਦੇ ਆ ਹਨਾ ਅਣਜਾਣ ਕਹਿ ਸਕਦੇ ਉਦੋਂ ਨਹੀਂ ਸੀ ਪਤਾ ਕਿ ਇੰਡਸਟਰੀ ਦਾ ਨਹੀਂ ਪੀਏਦ ਸੀਗਾ ਤੇ ਸ਼ਾਇਦ ਜੀ ਉਦੋਂ ਵਿੱਚ ਨਾਲ ਮੜ ਜਾ ਲਿਖਿਆ ਹੁੰਦਾ ਕਿ ਉਹ ਚੀਜ਼ਾਂ ਭਾਜੀ ਉਦੋਂ ਹੈ ਨਹੀਂ ਸੀ ਹਨਾ ਇਹ ਹੁਣ ਆਪਾਂ ਗੱਲ ਕਰਦੇ 2003 ਦੀ ਗੱਲ ਹੈ ਭਾਜੀ ਜਦੋਂ ਮੇਰਾ ਗਾਣਾ ਆਉਂਦਾ ਹੈ ਉਦੋਂ ਇਹ ਗੱਲਾਂ ਨੂੰ ਬੜਾ ਮਹੱਤਵ ਨਹੀਂ ਦਿੱਤਾ ਜਾਂਦਾ ਸੀਗਾ ਜੀ ਹੁਣ ਤਾਂ ਫਸਟ ਪਹਿਲਾਂ ਪੁੱਛਦੇ ਗਾਣਾ ਕਿਹਦਾ ਗਾਣਾ ਆ ਉਹਦੇ ਸਾਈਨ ਹੈਗੇ ਐਮ ਡੀ ਕੋਣ ਆ ਉਹਦੇ ਸਾਈਨ ਹੈਗੇ ਸਿੰਗਰ ਕਿਹੜਾ ਉਹਦੇ ਸਾਈਨ ਹੈਗੇ ਚਾਹੇ ਪ੍ਰੋਡਿਊਸਰ ਵੀ ਇੱਕ ਗਾਣਾ ਕੰਪਨੀ ਕੋਲ ਲੈ ਕੇ ਜਾਂਦਾ ਪਰ ਉਹ ਤਿੰਨ ਬੰਦਿਆਂ ਦੇ ਸਾਈਨ ਚਾਹੀਦੇ ਉਹਨਾਂ ਨੂੰ ਉਹ ਤੋਂ ਬਿਨਾ ਗਾਣਾ ਕਰ ਨਹੀਂ ਸਕਦੇ ਤੁਸੀਂ ਇਹ ਰੌਲਾ ਨਾ ਚਲੋ ਬਾਕੀ ਜੀ ਮਾਲਕ ਹੱਥ ਡੋ ਰਿਹਾ ਤੇ ਪਰ ਫੇ ਵੀ ਲੋਕ ਅਸ਼ੋਕ ਨੂੰ ਬਹੁਤ ਪਿਆਰ ਕਰਦੇ ਆ ਤੇ ਸ਼ੁਭਪਾ ਜੀ ਫੇ ਕਿਹੜੀ ਕਿਹੜੀਆਂ ਕੰਟਰੀਆਂ ਦੇ ਵਿੱਚ ਗਏ ਹੋ ਕਿਉਂਕਿ ਤੁਹਾਨੂੰ ਬਹੁਤ ਪਿਆਰ ਕਰਦੇ ਆ ਲੋਕ ਯੂਕੇ ਵਿੱਚ ਜਿਆਦਾ ਪਿਆਰ ਕਰਦੇ ਆ ਤੇ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਜਾ ਕੇ ਪੰਜਾਬੀਆਂ ਦੇ ਵਿੱਚ ਲਾਈਵ ਪਰਫਾਰਮ ਕੀਤਾ ਹੈ ਮੈਂ ਪਾਜੀ 13 ਕਵਾਰ ਤਾਂ ਚੁਕੇ ਜਾਈਆਂ ਜੀ ਅੱਛਾ ਜੀ ਤੇ ਅਮਰੀਕਾ ਵੀ ਮੈਂ ਜਾਇਆ ਜੀ ਤੇ ਪਿਛਲੇ ਸਾਲ ਹੀ ਮੈਂ ਕੈਨੇਡਾ ਤੋਂ ਹੋ ਕੇ ਆਇਆ ਜੀ ਤੇ ਇੱਕ ਕੰਟਰੀ ਹੈ ਜੀ ਮਰੋਕੋ ਜਿੱਥੇ ਹਲੇ ਤੱਕ ਕਿਸੇ ਵੀ ਪੰਜਾਬੀ ਸਿੰਗਰ ਦਾ ਕੋਈ ਸ਼ੋਅ ਨਹੀਂ ਹੋਇਆ ਪਰ ਮੈਂ ਉੱਥੇ ਵੀ ਸ਼ੋਅ ਕਰਕੇ ਆ ਜੀ ਉੱਥੇ ਪੰਜਾਬੀ ਕੋਈ ਨਹੀਂ ਆ ਜੀ ਬਸ ਤੇ ਪਰ ਮੇਰਾ ਗਾਣਾ ਮੋਰ ਨਹੀਂ ਹੋ ਗਿਆ ਸ਼ਰਾਬੀ ਜਦੋਂ ਬੀਟੇ ਹੀ ਵੱਜਦੀ ਆ ਨਾ ਤੇ ਉਹ ਬੰਦੇ ਫਿਰ ਦੇਖਣੇ ਹੀ ਬੰਦੇ ਵੀ ਉਹ ਕਰਦੇ ਗਿਆ ਜਿਹਨੇ ਕਹਿੰਦਾ ਮਤਲਬ ਉਹਨਾਂ ਨੂੰ ਸਮਝ ਨਹੀਂ ਲੱਗਦੀ ਕੀ ਗਾ ਰਹਿਆ ਪਰ ਜਿਹੜੇ ਉਹ ਸੰਗੀਤ ਦੀ ਜਿਹੜੀ ਭਾਸ਼ਾ ਆ ਉਹ ਉਹ ਉਹਨਾਂ ਨੂੰ ਸਮਝ ਆਉਂਦੀ ਉਹਤੇ ਨੱਚਦੇ ਸੀ ਉਹ ਸਾਰੇ ਕਿੱਦਾਂ ਵੀ ਖੂਬ ਇੰਜੋਏ ਕੀਤਾ ਜੀ ਬਹੁਤ ਜ਼ਿਆਦਾ ਜਿੱਦਾਂ ਹਨਾ ਯੂਕੇ ਤਾਂ ਚਲੋ ਆਵੇਂ ਹੀ ਹੋ ਗਿਆ ਹੁਣ ਤੇਰਾ ਜਦੋਂ ਮਰਾਕੋ ਲਈ ਦੱਸਿਆ ਮੈਨੂੰ ਕੰਪਨੀ ਨੇ ਉੱਥੇ ਮਰਾਕੋ ਮੈਂ ਕਿਹਾ ਉੱਧਰ ਮਰਾਕੋ ਕੀ ਕਰਦੇ ਪਰ ਬੜਾ ਰਿਸਪੈਕਟ ਕੀਤੀ ਉਹਨਾਂ ਨੇ ਬਹੁਤ ਜ਼ਿਆਦਾ ਜਿੱਦਾਂ ਹਨਾ ਕਿ ਅਸੀਂ 2-3 ਵੀਕ ਰਹਿਣੇ ਉੱਥੇ ਬਹੁਤ ਇਦਾਂ ਜਿੱਦਾਂ ਵੀ ਡਾਊਨਲੋਡ ਵੀ ਚਾ ਆਇਆ ਸੀਗਾ ਤੇ ਮੈਨੂੰ ਉਦੋਂ ਜ਼ਿਆਦਾ ਸੀ ਕਿ ਚਲੋ ਇੱਕ ਨਵੀਂ ਜਗ੍ਹਾ ਨਵੀਂ ਜਗ੍ਹਾ ਜਿਹੜੀ ਪੰਜਾਬੀ ਨੂੰ ਵੀ ਨਹੀਂ ਸਮਝਦੇ ਪਰ ਸਾਡੇ ਸੰਗੀਤ ਨੂੰ ਪਿਆਰ ਕਰਦਾ ਹਨਾ ਤੇ ਫਿਰ ਜ਼ਿੰਦਗੀ ਦੇ ਵਿੱਚ ਹੁਣ ਨਵੇਂ ਪਲਾਨ ਕੀ ਚੱਲ ਰਿਹਾ ਹੈ ਲਾਈਫ ਦੇ ਵਿੱਚ ਕਿਉਂਕਿ ਜ਼ਿੰਦਗੀ ਕਦੇ ਵੀ ਰੁਕਦੀ ਨਹੀਂ ਹਨਾ ਤੇ ਜੇ ਆਪਾਂ ਇਹ ਜ индуਸਟਰੀ ਦੇ ਵਿੱਚ ਨਾ ਆਂ ਤੇ ਇੱਕ ਦੇ ਕੋਈ ਘੁੱਟਕਾ ਕਰਨਾ ਜਾਂ ਨਾ ਆਉਣਾ ਕੋਈ ਜ਼ਿੰਦਗੀ ਹਨਾ ਫਰਕ ਨਹੀਂ ਪੈਂਦਾ ਤੇ ਲਾਈਫ ਦੇ ਹੁਣ ਅੱਗੇ ਵਾਲੇ ਪਲਾਨ ਕੀ ਆ ਆਈਫ ਜਬਾਜੀ ਮੇਰਾ ਹੁਣ ਇੱਕ ਨਵਾਂ ਗਾਣਾ ਜਿਹੜਾ ਮਤਲਬ ਯਾਰ ਇਹ ਜਿੱਦਾਂ ਸਟਾਈਲ ਵੱਖਰਾ ਹੀ ਰੱਖਦਾ ਸੀ ਇਦਾਂ ਨਾ ਤੁਸੀਂ ਕਹਿੰਦੇ ਇਹ ਵੀ ਮੈਂ ਇੱਕ ਲੋਕ ਤਾਦੇ ਰੂਪੇ ਚ ਇਹਨੂੰ ਰਿਕਾਰਡ ਕੀਤਾ ਹੈ ਤੇ ਇਹਦਾ ਆਲਰੇਡੀ ਸਾਰਾ ਕੁਝ ਵੀਡੀਓ ਵਗੈਰਾ ਟੀਜ਼ਰ ਵਗੈਰਾ ਹੋ ਗਿਆ ਜੀ ਤੇ ਇਹ ਜਿਹੜਾ ਗਾਣਾ 14 ਜੁਲਾਈ ਨੂੰ ਜਿਹੜਾ ਆ ਰਹੀ ਹੈ ਅਸੀਂ ਉਹਨੂੰ ਅਸੀਂ ਨੂੰ ਰਿਲੀਜ਼ ਕਰ ਰਹੇ ਹਾਂ ਜੀ ਬਹੁਤ ਵੱਡੇ ਪੱਧਰ ਤੇ ਹਾਂਜੀ ਤੇ ਇਹਦਾ ਜਿਹੜਾ ਮਿਊਜ਼ਿਕ ਹੈ ਜੀ ਉਹ ਐਸਬੀ ਰੰਧਾਵਾ ਦਾ ਤੇ ਇਹਦਾ ਜੀ ਪੇਸ਼ਕਸ਼ ਤੇ ਜਿਹੜਾ ਗੀਤਕਾਰ ਨੇ ਉਹ ਨਿੱਕਾ ਟਲੋਨੇ ਇਹ ਉਹਦੀਆਂ ਦੋ ਲਾਈਨਾਂ ਸਾਂਝੀਆਂ ਕਰ ਸਕਦੇ ਕਿ ਜੇ ਸਾਇਲੈਂਟ ਹੀ ਰੱਖੇ ਆਓ ਜੀ ਆਓ ਆਓ ਉਹ ਜੇ ਦਿਲ ਨੂੰ ਚੰਗਾ ਲੱਗੇ ਜਾਨ ਵੀ ਵਾਰ ਦਿਨਿਆਂ ਯਾਰ ਨੇ ਡੁੱਬਣ ਦਿੱਤਾ ਬੇੜੀ ਤਾਰ ਦਿਨਿਆਂ ਯਾਰ ਨੇ ਡੁੱਬਣ ਦਿੱਤਾ ਬੇੜੀ ਤਾਰ ਦਿਨਿਆਂ ਸਿਰਾਂ ਦੇ ਨਾਲ ਨਿਭਾਈਏ ਹਾਏ ਸਿਰਾਂ ਦੇ ਨਾਲ ਨਿਭਾਈਏ ਮਤਲਬੀ ਪਿਆਰ ਨਹੀਂ ਰੱਖੀਦੇ ਚੁਗਲਖੋਰ ਤੇ ਝੂਠ ਬੋਲਣੇ ਯਾਰ ਨਹੀਂ ਰੱਖੀਦੇ ਚੁਗਲਖੋਰ ਤੇ ਝੂਠ ਬੋਲਣੇ ਯਾਰ ਨਹੀਂ ਰੱਖੀਦੇ ਵਾਹ ਜੀ ਵਾਹ ਵਾਹ ਜੀ ਵਾਹ ਹਜ਼ਾਰ ਵੀ ਫੇਰ ਚੁਣ ਕੇ ਰੱਖਿਆ ਤੇ ਗੱਲ ਸਾਹਿਬ ਫਿਰ ਕੋਕੀ ਯਾਰਾਂ ਦਾ ਜਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਤੇ ਤੁਹਾਡੇ ਨਾਲ ਫਿਰ ਕਿਹੜੇ ਕਿਹੜੇ ਯਾਰ ਖੜੇ ਹੋਏ ਜਿਨ੍ਹਾਂ ਨੇ ਸ਼ੋਗ ਗਿੱਲ ਨੂੰ ਅੱਗੇ ਤੱਕ ਲੈ ਕੇ ਗਿਆ ਜਾਂ ਸ਼ੋਗ ਗਿੱਲ ਦੀ ਸਪੋਰਟ ਕੀਤੀ ਉਹਨਾਂ ਯਾਰਾਂ ਦਾ ਕੁਝ ਨਾਂ ਯਾਰਾਂ ਦੇ ਕਾਫੀ ਨੇਮ ਨੇ ਤੇ ਬਹੁਤ ਸਾਰੇ ਪਿਆਰ ਕਰਦ ਨੇ ਮੈਨੂੰ ਤੇ ਵਿਸ਼ੇਸ਼ ਤੌਰ ਤੇ ਜੀ ਜੱਗੀ ਮਨੀਲਾ ਤੇ ਸੁਖਾ ਮਨੀਲਾ ਤੇ ਸੌਨੂ ਲੰਬੜਾ ਜੀ ਕੈਨੇਡਾ ਤੋਂ ਤੇ ਬਹੁਤ ਸਾਰੀਆਂ ਸਖਸ਼ਿਤਾ ਹੋਰ ਵੀ ਨੇ ਜਿਨ੍ਹਾਂ ਦਾ ਨਾਮ ਲੈਣਾ ਭੁੱਲ ਜਾਵਾਂ ਪਲੀਜ਼ ਮਾਈਂਡ ਚ ਆ ਜਾਂਦਾ ਨਾ ਕਦੀ ਵਾਰ ਸਾਰੇ ਜਿੰਨੇ ਵੀ ਹੈਗੇ ਆ ਤੇ ਮੈਨੂੰ ਬੜਾ ਪਿਆਰ ਕਰਦੇ ਨੇ ਸਾਰੇ ਬੜੀ ਜਾਨੀ ਯਾਰਾਂ ਦੀ سپورਟ ਬਹੁਤ ਹੈ ਯਾਰਾਂ ਦੀ سپورਟ ਹੈ ਜੀ ਸਾਰੀ ਬਸ ਬਿਲਕੁਲ ਯਾਰੀ ਜਾਰੀ ਕਰਕੇ ਹੀ ਸਾਰਾ ਕੁਝ ਹੈ ਜੀ ਜਾਰੀ ਕਰਕੇ ਆ ਕਿਉਂਕਿ ਵੀਰੇ ਕਿਉਂਕਿ ਤੁਹਾਡੇ ਗਾਣੇ ਬਹੁਤ ਵਧੀਆ ਰਹੇ ਆ ਤੇ ਕਿਉਂਕਿ ਬਹੁਤ ਸਾਰੇ ਮੈਂ ਮੈਂ ਆਪ ਇਹ ਚੀਜ਼ ਨੂੰ ਮਹਿਸੂਸ ਕੀਤਾ ਆ ਤੇ ਕਿਉਂਕਿ ਜਿਹੜਾ ਇੱਕ ਰਾਈਟਰ ਹੁੰਦਾ ਰਾਈਟਰ ਕਿਤੇ ਨਾ ਕਿਤੇ ਗਾਣਿਆਂ 'ਚ ਲੋਕੇ ਆ ਰਹਿੰਦਾ ਜਿਸ ਲੈਵਲ ਦੇ ਤੁਹਾਡੇ ਗਾਣੇ ਆਏ ਆ ਪਰ ਫੇ ਵੀ ਜੇ ਬਿੰਦਰ ਵੀਰੇ ਦੀ ਗੱਲ ਕਰੀਏ ਉਹਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਬਿੰਦਰ ਨਵੇਂ ਪਿੰਡਿਆ ਤੇ ਮੋਰਨਿੰਗ ਦੇ ਵਿੱਚ ਵੀ ਤੁਸੀਂ ਮੇਰੇ ਸਾਨੂੰ ਉਹਦਾ ਵਧੀਆ ਢੰਗ ਦੇ ਨਾਲ ਉਹਨੂੰ ਵੀਡੀਓ ਵਿੱਚ ਵੀ ਉਹਦਾ ਬੋਲ ਬੋਲੇ ਆ ਡੀਜੇ ਤੇ ਵੀ ਚੱਲਦਾ ਰਹਿੰਦਾ ਤੇ ਇਸ ਟਾਈਮ ਕਿਹੜੇ ਕਿਹੜੇ ਰਾਈਟਰਾਂ ਦੇ ਗਾਣੇ ਜਿਹੜੇ ਤੁਸੀਂ ਲਾਂਚ ਕਰ ਰਹੇ ਆ ਜਾਂ ਗਾ ਰਹੇ ਹੋ ਕਿਹੜੇ ਕਿਹੜੇ ਰਾਈਟਰ ਜਿਹੜੇ ਤੁਹਾਡੇ ਬਿਲਕੁਲ ਨੇੜੇ ਆ ਜਾਂ ਜਿਨ੍ਹਾਂ ਦੇ ਗਾਣੇ ਰਿਕਾਰਡ ਹੋ ਚੁੱਕੇ ਆ ਇਹਨਾਂ 'ਚ ਜੀਪਾ ਜੀ ਇੱਕ ਤਾਂ ਜੱਸਾ ਫਤੇਪੁਰੀਆ ਅਜੇ ਉਹਨਾਂ ਦਾ ਗਾਣਾ ਪੰਜਾਬੀ ਐਮਸੀ ਦਾ ਵੀਡੀਓ ਲਈ ਰੈਡੀ ਆ ਹਾਂਜੀ ਤੇ ਉਸ ਤੋਂ ਬਾਅਦ ਚਿੰਦਾ ਨੇ ਹਲੂਆ ਸੂਰਜੋ ਸੈਨਪੁਰੀ ਠੀਕ ਹੈ ਜੀ ਤੇ ਬਿੰਦਰ ਨਵੇਂ ਪਿੰਡੀਆ ਉਹਨਾਂ ਦਾ ਰੈਡੀ ਆ ਇੱਕ ਤੇ ਇੱਕ ਸਿੱਧੂ ਸਿਧਮਾ ਵਾਲਾ ਮੁੰਡਾ ਉਹਨਾਂ ਦਾ ਵੀ ਗਾਣਾ ਇੱਕ ਅਸੀਂ ਰੈਡੀ ਕਰਨਾ ਚਾਹਲਦੇ ਹਾਂ ਹਾਂਜੀ ਤੇ ਹੋਰ ਵੀਖੇ ਚ ਹੋਰ ਅੱਛੇ ਰਾਈਟਰ ਨੇ ਜਿਹੜੇ ਕਲਾਸ ਮੇਟੀ ਨੇ ਮੁੰਡੇ ਤੇ ਉਹਨਾਂ ਦੇ ਵੀ ਗਾਣੇ ਜਿਹੜੇ ਅਸੀਂ ਟਰਨ ਬਾਈ ਟਰਨ ਜਿਹੜੇ ਸਾਰੇ ਰਿਕਾਰਡ ਕਰਦੇ ਹਾਂ ਵਾਹ ਜੀ ਵਾਹ ਜੀ ਵਾਹ ਥੈਂਕ ਯੂ ਜੀ ਤੇ ਤੇ ਕੁਕੀ ਆਡੀਅੰਸ ਤੁਹਾਨੂੰ ਬਹੁਤ ਪਿਆਰ ਕਰਦੀ ਆ ਸਰੋਤੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੇ ਸ਼ੋਗ ਵੀਰੇ ਕੋਈ ਐਸਾ ਗੀਤ ਜਿਹੜਾ ਤੁਹਾਡੇ ਦਿਲ ਦੇ ਬਹੁਤ ਨੇੜੇ ਆ ਜਿਹਨੂੰ ਕਿਤੇ ਵੈਸੇ ਵੀ ਬੈਠੇ ਗੁਣਗਣਾਉਂਦੇ ਰਹਿੰਦਾ ਬੰਦਾ ਉਹਦੀਆਂ ਦੋ ਲੈਣਾ ਠੀਕ ਹੈ ਜੀ ਇਹ ਗਾਣਾ ਬਿੰਦਰ ਨਵੇਂ ਪਿੰਡੀਆਂ ਦਾ ਲਿਖਿਆ ਉਹ ਗਾਣਾ ਸੁਣਾ ਰਿਹਾ ਜੀ ਤੁਹਾਨੂੰ ਗੋਰਾ ਗੋਰਾ ਰੰਗ ਓਏ ਹੋਏ ਆਹਾ ਆਹਾ ਓਏ ਹੋਏ ਆਹਾ ਆਹਾ ਝੂਠ ਨਾ ਤੂੰ ਜਾਣੀ ਗੱਲ ਸੱਚੀ ਤੈਨੂੰ ਦੱਸਾਂ ਉਠਣਾ ਤੂੰ ਜਾਣੀ ਗੱਲ ਸੱਚੀ ਤੈਨੂੰ ਦੱਸਾਂ ਤੇਰਾ ਦਿਲ ਸਾਡੇ ਦਿਲ ਨੂੰ ਤਾਂ ਮਲ ਗਿਆ ਨੀ ਗੋਰਾ-ਗੋਰਾ ਰੰਗ ਲੱਕ ਪਤਲਾ ਪਤੰਗ ਤੇਰੇ ਨਖਰੇ ਦਾ ਜਾਦੂ ਜਿਹਾ ਚੱਲ ਗਿਆ ਨੀ ਓ ਗੋਰਾ-ਗੋਰਾ ਰੰਗ ਲੱਕ ਪਤਲਾ ਪਤੰਗ ਤੇਰੇ ਨਖਰੇ ਦਾ ਜਾਦੂ ਜਿਹਾ ਚੱਲ ਗਿਆ ਨੀ ਵਾਜੀ ਬਾ ਵਾਜੀ ਬਾ ਵਾਜੀ ਬਾ ਬਹੁਤ ਅੱਛਾ ਬਾਜੀ ਪੰਜਾਬ ਲਾਈਵ ਟੀਵੀ ਦੀ ਟੀਮ ਤੁਹਾਨੂੰ ਇੱਕ ਵਾਰੀ ਫੇਸ ਲੋਟ ਕਰਦੀ ਆ ਤੇ ਅਸ਼ੋਕ ਵੀਰੇ ਕਿਉਂਕਿ ਇੰਡਸਟਰੀ ਵਿੱਚ ਬਹੁਤ ਨਵੇਂ ਚਿਹਰੇ ਆ ਰਹੇ ਆ ਮੁੰਡੇ ਬਹੁਤ ਮਿਹਨਤ ਕਰਦੇ ਆ ਲਾਸਟ ਵਿੱਚ ਉਹਨਾਂ ਲਈ ਕੋਈ ਤੁਹਾਡੇ ਵੱਲੋਂ ਕੋਈ ਸਨੇਹਾ ਤੁਹਾਡੇ ਵੱਲੋਂ ਕੋਈ ਐਡਵਾਈਸ ਜਿਹੜੇ ਮੇਰੇ ਵੀਰ ਸੰਘਰਸ਼ ਦੇ ਵਿੱਚ ਆ ਤਾਂ ਜਿਹੜੇ ਨਵੇਂ ਮੁੰਡੇ ਆ ਰਹੇ ਆ ਮਾਰਕੀਟ ਦੇ ਉਹਨਾਂ ਲਈ ਦੋ ਲੈਣਾ ਉਹਨਾਂ ਦੇ ਕੋਈ ਲਾਸਟ ਵਿੱਚ ਦੋ ਵਿਚਾਰ ਆਪਣੇ ਵਿਚਾਰ ਪਾਜੀ ਜੇ ਲਾਈਨ ਚ ਹੋਣਾ ਨਾ ਪਾਜੀ ਤਾਂ ਪੱਕੇ ਪੈਰੀਂ ਉਹ ਸਿੱਖੇ ਹੋਵੋ ਪਾਜੀ ਹਨ ਤੇ ਉਹ ਜਿਹੜੀ ਅਨਸਖਿਅਤ ਗਾਈ ਕੀ ਉਹ ਜ਼ਿਆਦਾ ਲੌਂਗ ਨਹੀਂ ਹੁੰਦੀ ਪਾਜੀ ਉਹ ਸਿੱਖਿਆ ਹੋਇਆ ਬੰਦਾ ਚਾਹੇ ਕਲਿੱਕ ਲੇਟ ਹੋਵੇ ਪਰ ਉਹ ਕਲਿੱਕ ਵੀ ਲੇਟ ਤੱਕ ਰਹਿੰਦਾ ਸਹੀ ਗੱਲ ਹੈ ਹਾਂਜੀ ਇਹ ਇਹੀ ਮੈਂ ਕਹਿਣਾ ਚਾਹਣਾ ਕਿ ਬਹੁਤ ਜੰਗ ਮੁੰਡੇ ਆ ਟੈਲੈਂਟਡ ਨੇ ਮੁੰਡੇ ਤੇ ਪਰ ਮਿਹਨਤ ਕਰਕੇ ਤੇ ਪੂਰਾ ਸਿੱਖੇ ਆਓ ਬਜੀ ਲਾਈਨਸ ਫਿਰ ਲੰਬੀ ਰੇਸ ਦਾ ਘੋੜਾ ਬਣਨਾ ਤਾਂ ਫਿਰ ਇਦਾਂ ਹੀ ਕਰਨ ਪਊ ਹਾਂਜੀ ਹਾਂਜੀ ਸ਼ੋਕ ਬਾਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਾ ਕਿਉਂਕਿ ਦਿਲ ਦੀਆਂ ਗੱਲਾਂ ਸਾਡੇ ਸਰੋਤੇ ਤੁਹਾਨੂੰ ਸਾਰੇ ਨੇ ਵੇਖਿਆ ਆ ਤੇ ਬਹੁਤ ਵਧੀਆ ਲੱਗਾ ਤੇ ਸਾਡੀ ਪੂਰੀ ਟੀਮ ਪੰਜਾਬ ਲਾਈਵ ਟੀਵੀ ਦੀ ਜਿਹੜੀ ਟੀਮ ਆ ਇਹ दिली ਤਮੰਨਾ ਕਿ ਸਾਡਾ ਭਰਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਸੋ ਬੇਬੀ ਥੈਂਕ ਯੂ ਕਰਦਾ ਜੀ ਪੰਜਾਬ ਲਾਈਵ ਟੀਵੀ ਦੀ ਪੂਰੀ ਜਿਹੜੀ ਟੀਮ ਹੈ ਜਿਨੇ ਅੱਜ ਮੈਨੂੰ ਸਾਰੇ ਸਰੋਤਿਆਂ ਦੇ ਰੂਬਰੂ ਕੀਤਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਹਾਂਜੀ ਇਹ ਸਾਨੂੰ ਸਾਡੇ ਅਸ਼ੋਕ ਗਿੱਲ ਸਾਹਿਬ ਜਿਨ੍ਹਾਂ ਦੇ ਤੁਸੀਂ ਗੀਤਾਂ ਨੂੰ ਸੁਣਿਆ ਜਿਨ੍ਹਾਂ ਦੀਆਂ ਦਿਲ ਦੀਆਂ ਗੱਲਾਂ ਨੂੰ ਤੁਸੀਂ ਸੁਣਿਆ ਆ ਤੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜੂਰ ਦੱਸਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਸਾਨੂੰ ਹੋਰ ਵੀ ਸਪੋਰਟ ਕਰੋ ਇਨ੍ਹਾਂ ਬੋਲਾਂ ਦੇ ਨਾਲ ਮੈਂ ਤੁਹਾਡੇ ਤੋਂ ਅਲਵਿਦਾ ਚਾਹਨਾ ਕਹਿੰਦਾ ਕਿ ਆੱਖੋਂ ਵਿੱਚ ਤਾਰੇ ਮਹਿਫੂਜ਼ ਰੱਖੀਏ ਦੂਰ ਦੂਰ ਤੱਕ ਰਾਤ ਹੋਗੀ ਤੂੰ ਵੀ ਹੋ ਮਸਾਫਰ ਹਮ ਵੀ ਹੈ ਮਸਾਫਰ ਜ਼ਿੰਦਗੀ ਵਿੱਚ ਫਿਰ ਕبھی ਮੁਲਾਕਾਤ ਹੋਗੀ ਅਗਲੀ ਮੁਲਾਕਾਤ ਲਈ ਤੁਹਾਡੇ ਤੋਂ ਅਲਵਿਦਾ ਤੁਹਾਡਾ ਦੋਸਤ ਸਿੱਧੂ ਸਿੱਧਮਾ ਵਾਲਾ